ਹਾਂਜੀ ਪ੍ਰੋਫੈਸਰ ਸਾਹਿਬ, ਇਹ ਕਿਹੜੀ ਸੰਸਥਾ ਵੱਲੋਂ ਸੇਵਾ ਕੀਤੀ ਜਾ ਰਹੀ ਹੈ? ਮਾਨਵ ਸੇਵਾ ਸਮਿਤੀ। ਮਾਨਵ ਸੇਵਾ ਸਮਿਤੀ, ਅਤੇ ਕਿੰਨੇ ਚਿਰਾਂ ਤੋਂ ਇਹ ਸੇਵਾ ਕਰ ਰਹੇ ਨੇ? 9 ਸਾਲ ਹੋ ਗਏ ਨੇ, 10ਵਾਂ ਚੱਲਦਾ। 9 ਸਾਲ, 10ਵਾਂ। ਕਿੰਨੇ ਕਿੰਨੇ ਬੰਦਿਆਂ ਨੂੰ ਦਿੰਦੇ ਨੇ ਇਹ? ਆਪਣੇ ਕਿੰਨੇ ਮੈਂਬਰ ਨੇ? 200 ਨੀਅਰ ਅਬਾਊਟ 250 ਦੇ ਕਰੀਬ। ਠੀਕ ਹੈ, ਬਹੁਤ ਬਹੁਤ ਭਾਗਸ਼ਾਲੀ ਹੋ ਤੁਸੀਂ ਜਿਹੜੇ ਸੇਵਾ ਕਰ ਰਹੇ ਹੋ। ਅਤੇ ਮੈਨੂੰ ਇਹ ਚੀਜ਼ਾਂ ਦੇਖ ਕੇ ਨਾ ਫਰਾਂਸ ਯਾਦ ਆ ਰਿਹਾ, ਉੱਥੇ ਵੀ ਇਸ ਤਰ੍ਹਾਂ ਦੀ ਸੇਵਾ ਹੁੰਦੀ ਸੀ, ਜਿਹੜੇ ਵਿਦੇਸ਼ੀ ਜਾਂਦੇ ਆ ਨਾ ਸਾਡੇ ਵਰਗੇ। ਅਤੇ ਹਾਂ, ਸਮਾਜਿਕ ਸੰਸਥਾਵਾਂ ਇਸ ਤਰ੍ਹਾਂ ਦੀ ਸੇਵਾ ਕਰਦੀਆਂ ਨੇ ਵਿੱਚ ਵਿਦੇਸ਼ੀਆਂ ਨੂੰ। ਹਰੀ ਜੀ, ਇੱਕ ਮਿੰਟ ਦਿਓ ਸਿਰ। ਹਾਂਜੀ ਬਹੁਤ ਹਰੀ ਜੀ, ਨਮਸਕਾਰ। ਤੁਸੀਂ ਮਾਨਵ ਸੇਵਾ ਸਮਿਤੀ ਦੇ ਪ੍ਰਧਾਨ ਹੋ, ਤੇ ਇਹ ਦੱਸੋ ਵੀ ਕਿੰਨੇ ਕੁ ਲਾਭਕਾਰੀਆਂ ਨੂੰ ਤੁਸੀਂ ਇਹ ਸੇਵਾ ਦੇ ਰਹੇ ਹੋ? ਟੋਟਲ ਤਾਂ 270 ਪਰਿਵਾਰ ਹੈ। 270 ਪਰਿਵਾਰ, ਅੱਛਾ। ਵਿਡੋ ਲੇਡੀਜ਼ ਨੇ ਸਾਰੇ? ਵਿਡੋ ਲੇਡੀਜ਼। ਤੇ ਪਿਛਲੇ 11 ਸਾਲਾਂ ਤੋਂ? ਪਿਛਲੇ 11 ਸਾਲਾਂ ਤੋਂ ਸੇਵਾ ਕਰ ਰਹੇ ਹਾਂ। ਅਗਸਤ 2002। ਠੀਕ ਹੈ, ਹੋਰ ਕੁਝ ਕਹਿਣਾ ਚਾਹੋਗੇ ਤੁਸੀਂ? ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਵਾਹ ਜੀ ਵਾਹ, ਧੰਨਵਾਦ ਜੀ, ਕਿਆ ਬਾਤ। ਹਾਂਜੀ ਜਨਾਬ, ਸਤਿ ਸ਼੍ਰੀ ਅਕਾਲ। ਤੁਸੀਂ ਤਾਂ ਬੜੀ ਸੇਵਾ ਕਰਦੇ ਹੋ ਉਹਦੇ 'ਚ ਵੀ। ਪਰਮਾਤਮਾ ਕਰਾ ਰਿਹਾ, ਬਹੁਤ ਅੱਛੀ। ਤੁਹਾਡਾ ਨਾਂ ਕੀ ਹੈ? ਮੇਰਾ ਵਿਸ਼ਾਲ ਜੀ। ਵਿਸ਼ਾਲ ਜੀ, ਇਹ ਸਾਰਾ ਆਟਾ ਲੋਕਾਂ ਨੂੰ ਫਰੀ ਵੰਡਿਆ ਜਾ ਰਿਹਾ? ਹਾਂਜੀ। ਤੇ ਇਹ ਕਿਹਦੇ ਵੱਲੋਂ ਵੰਡਿਆ ਜਾ ਰਿਹਾ, ਕਿਹੜੀ ਸੰਸਥਾ ਵੱਲੋਂ? ਮਾਨਵ ਸੇਵਾ ਮਿਸ਼ਨ ਦੇ ਵੱਲੋਂ। ਮਾਨਵ ਸੇਵਾ ਮਿਸ਼ਨ ਵੱਲੋਂ, ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਧਰਮਵੀਰ ਨਾਗਪਾਲ, ਚੀਫ ਨਿਊਜ਼ ਐਡੀਟਰ, DV ਨਿਊਜ਼ ਪੰਜਾਬ।